ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਮੈਂ ਨਿਸ਼ਾਨ ਸਿੰਘ ਅੱਜ ਦਰਸ਼ਕੋ ਇੱਕ ਬਹੁਤ ਵੱਡੇ ਮੁੱਦੇ ਦੀ ਖਬਰ ਤੇ ਤੁਹਾਡੇ ਨਾਲ ਰੂਬਰੂ ਹਾਂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਵੀਂ ਬਣੀ ਮੌਜੂਦਾ ਸਰਕਾਰ ਜੋ ਕਿ ਪ੍ਰੈਸ ਅਤੇ ਸੋਸ਼ਲ ਮੀਡੀਆ ਦੇ ਪੱਤਰਕਾਰ ਉੱਪਰ ਸਰਕਾਰ ਧੜੇ ਧੜ ਪਰਚੇ ਠੋਕ ਰਹੀ ਹੈ ਨਵੇਂ ਦਰਸ਼ਕਾਂ ਨੂੰ ਅਪੀਲ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦਰਸ਼ਕੋ ਭਗਵੰਤ ਮਾਨ ਦੀ ਸਰਕਾਰ ਪੱਤਰਕਾਰਾਂ ਤੇ ਮਨਮਾਨੀ ਕਰਦੀ ਦਿਖ ਰਹੀ ਹੈ ਜਿਵੇਂ ਕਿ ਆਨ ਏਅਰ ਅਤੇ ਮੁਕਤਸਰ ਦੇ ਮਾਲਕ ਤੇ ਸਰਕਾਰ ਨੇ ਸ਼ਿਕੰਜਾ ਕੱਸਿਆ ਹੈ ਅੱਜ ਕਪੂਰਥਲਾ ਵਿੱਚ ਪ੍ਰੈਸ ਕਲੱਬ ਵੱਲੋਂ ਮੀਟਿੰਗ ਕੀਤੀ ਇਸੇ ਮੁੱਦੇ ਦੇ ਸੰਬੰਧ ਵਿੱਚ ਆਓ ਸੁਣਦੇ ਹਾਂ ਕਪੂਰਥਲਾ ਤੋਂ ਪੱਤਰਕਾਰ ਪ੍ਰਭਾਕਰ ਦੀ ਰਿਪੋਰਟ ਮੈਂ ਕਿਸ਼ੋਰ ਰਾਜਪੂਤ ਪ੍ਰਧਾਨ ਆਜ਼ਾਦ ਜਨਰਲ ਪ੍ਰੈਸ ਕਲੱਬ ਕਪੂਰਥਲਾ ਅੱਜ ਸਾਡੀ ਮਹੀਨਾਵਾਰ ਮੀਟਿੰਗ ਜਿਹੜੀ ਹੈਗੀ ਹੈ ਪ੍ਰੈਸ ਕਲੱਬ ਕਪੂਰਥਲਾ ਵਿਖੇ ਹੋਈ ਅੱਜ ਦੀ ਮੀਟਿੰਗ ਦੇ ਵਿੱਚ ਬਹੁਤ ਹੀ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ ਸਭ ਤੋਂ ਪਹਿਲੇ ਜਿਹੜਾ ਮੁੱਦਾ ਉੱਠਿਆ ਅੱਜ ਮੀਟਿੰਗ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਉਹ ਪੰਜਾਬ ਦੀ ਅਗਰਣੀ ਪੰਜਾਬੀ ਦੀ ਪੂਰੇ ਵਰਲਡ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਅਖਬਾਰ ਅਜੀਤ ਜਿਹਦੇ ਵਿੱਚ ਜਿਹਨੂੰ ਸਰਕਾਰ ਜਿਹੜੀ ਹੈਗੀ ਉਹ ਦਬਾਉਣ ਦੀ ਕੋਸ਼ਿਸ਼ ਕਰਦੀ ਪਈ ਆ ਇਹਦੇ ਨਾਲ ਹੋਰ ਵੀ ਜਿਹੜੀਆਂ ਕਈ ਅਗਰਣੀ ਅਖਬਾਰਾਂ ਲਈ ਲੀਡਿੰਗ ਅਖਬਾਰਾਂ ਵਾ ਉਹਨਾਂ ਦੇ ਵਿੱਚ ਵੀ ਜਿਹੜਾ ਸਰਕਾਰ ਬਹੁਤ ਦਬਾਅ ਪਾ ਰਹੀ ਹੈ ਯਾਨੀ ਕਿ ਦਬਾਅ ਦਾ ਮਤਲਬ ਹੈ ਕਿ ਆਪਣੇ ਤਰੀਕੇ ਨਾਲ ਇਹ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਹ ਜਿਹੜਾ ਇਹਦਾ ਕੰਮ ਹੈਗਾ ਇਹ ਜਿਹੜੀ ਦਬਾਅ ਹੈਗਾ ਇਹ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਊਗਾ ਜਿਹੜੇ ਪੰਜਾਬ ਦੇ ਅਜੀਤ ਅਖਬਾਰ ਜਿਹੜੀ ਬਹੁਤ ਅਗਰਣੀ ਅਖਬਾਰਾਂ 'ਚੋਂ ਪੂਰੇ ਦੇਸ਼ 'ਚ ਮਸ਼ਹੂਰ ਹੈ ਉਹਦੇ ਜਿਹੜੇ ਸੰਪਾਦਕ ਹਮਦਰਦ ਜੀ ਹੈਗੇ ਆ ਬਲਜਿੰਦਰ ਸਿੰਘ ਜੀ ਹਮਦਰਦ ਬਹੁਤ ਹੀ ਵਧੀਆ ਲੇਖਕ ਹੈਗੇ ਆ ਸਾਂਸਦ ਰਹੇ ਹੈਗੇ ਆ ਕਈਆਂ ਸੰਸਥਾਵਾਂ ਦੇ ਪ੍ਰਧਾਨ ਹੈਗੇ ਆ ਬਹੁਤ ਜ਼ਿਆਦੀਆਂ ਕਿਤਾਬਾਂ ਵੀ ਉਹਨਾਂ ਦੀਆਂ ਚਰਚਿਤ ਰਹੀਆਂ ਹੈਗੀਆਂ ਸੋ ਪਿਛਲੇ ਦੋ ਮਹੀਨਿਆਂ 'ਤੇ ਇਹ ਅਖਬਾਰਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨਵੀਂ ਸਰਕਾਰ ਜਿਹੜੀ ਹੈਗੀ ਆ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਰ ਰਹੀ ਹੈ ਸੋ ਇਹ ਬਹੁਤ ਨਿੰਦਣਯੋਗ ਗੱਲ ਹੈਗੀ ਆ ਇਸ ਦੇ ਨਾਲ ਹੀ ਮੁਕਤਸਰ ਦੇ ਚੈਨਲ ਦੇ ਮਾਲਕ 'ਤੇ ਮਾਮਲਾ ਦਰਜ ਸਰਕਾਰ ਨੇ ਕੀਤਾ ਹੈ ਔਰ ਉਹ ਬਹੁਤ ਮੰਦਭਾਗੀ ਗੱਲ ਹੈ ਜਿਹੜੀਆਂ ਧਾਰਾਂ ਲਾਈਆਂ ਵਾ ਉਹ ਬਹੁਤ ਹੀ ਪੱਤਰਕਾਰ ਦੇ ਉੱਤੇ ਕਲੰਕ ਲਾਉਣ ਵਾਲੀਆਂ ਧਾਰਾਂ ਹੈਗੀਆਂ ਜਿਹਦੀਆਂ ਸਾਡੀ ਜਿਹੜੀ ਮੀਟਿੰਗ ਮਹੀਨਾਵਾਰ ਵਿੱਚ ਜੰਮ ਕੇ ਨਿੰਦਾ ਕੀਤੀ ਗਈ ਔਰ ਨਿੰਦਾ ਕਰਾਂਗੇ ਅਸੀਂ ਪੱਤਰਕਾਰਾਂ ਦੇ ਉੱਤੇ ਜਦ ਦੀ ਨਵੀਂ ਸਰਕਾਰ ਆਈ ਆ ਮਾਮਲੇ ਦਰਜ ਹੋ ਰਹੇ ਆ ਇਹ ਵੀ ਜਿਹੜੇ ਹੈਗੇ ਰੋਜ਼ ਤੋਂ ਰੋਜ਼ ਪੱਤਰਕਾਰਾਂ ਦੇ ਉੱਤੇ ਹਮਲੇ ਹੋ ਰਹੇ ਮਾਮਲੇ ਦਰਜ ਹੋ ਰਹੇ ਆ ਇਹ ਸਰਕਾਰ ਪਤਾ ਨਹੀਂ ਕੋਈ ਆਪਣੀ ਕਮੀ ਛੁਪਾਉਣ ਵਾਸਤੇ ਇੱਦਾਂ ਕਰਦੀ ਪਈ ਹੈ ਜਾਂ ਸਰਕਾਰ ਚਾਹੁੰਦੀ ਹੈ ਕਿ ਉਹਦੇ ਇਹੀ ਗੁਣ ਗਾਏ ਜਾਣ ਤਾਂ ਇੱਦਾਂ ਕਦੇ ਵੀ ਨਹੀਂ ਹੋ ਜਾਣਾ ਕਿਉਂਕਿ ਜਿਹੜੀ ਪੱਤਰਕਾਰਤਾ ਹੈ ਜਿਹੜੇ ਇਹ ਹੈਗੀ ਇਹ ਨਿਆਂਪਾਲਿਕਾ 'ਤੇ ਚੌਥਾ ਸਤੰਭ ਹੈ ਚੌਥਾ ਖੰਭਾ ਹੈ ਜਿਹੜਾ ਥੰਮ ਜਿਹੜਾ ਚੌਥਾ ਵਾ ਇਹਨੂੰ ਦਬਾਇਆ ਜਾਊਗਾ ਅਤੇ ਇਹ ਬਹੁਤ ਹੀ ਬੁਰੀ ਗੱਲ ਹੈ ਸੋ ਮੈਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਚਰਚਾ ਰਹੀ ਹੈ ਕਿ ਜਿਹੜਾ ਅਖਬਾਰਾਂ ਦੇ ਉੱਤੇ ਪੱਤਰਕਾਰਾਂ 'ਤੇ ਮਾਮਲੇ ਦਰਜ ਹੋ ਰਹੇ ਆ ਇਹਦੀ ਸ਼ਬਦਾਂ 'ਚ ਨਿੰਦਾ ਕੀਤੀ ਗਈ ਕਲੱਬ ਦੇ ਡਾਇਰੈਕਟਰ ਪੰਜਾਬ ਡਾਕਟਰ ਐਚ ਐਸ ਬਾਬਾ ਗੋਲਡ ਮੈਡਲਿਸਟ ਅਤੇ ਸਾਡੀ ਯੂਨੀਅਨ ਦੇ ਬੈਦ ਮੰਡਲ ਦੇ ਪ੍ਰਧਾਨ ਸਾਡੀ ਯੂਨੀਅਨ ਦੇ ਆਦਰਣੀ ਸਦੱਸਿਆ ਗੁਰਬਖਸ਼ ਸਿੰਘ ਜੀ ਬਾਂਕਾ ਅਮਨਜੋਤ ਜੀ ਵਾਲੀਆ ਹਰਬੰਸ ਸਿੰਘ ਸਚਦੇਵਾ ਡਾਕਟਰ ਸੈਮ ਦੇ ਨਾਲ ਹਰਚੰਦ ਬਹਿਲ ਬਕਰਾਤ ਪ੍ਰਭਾਕਰ ਤਰਨ ਵਰਮਾ ਇੰਦਰਜੀਤ ਸਿੰਘ ਚਾਹਲ ਤਰਨ ਸੂਦ ਜੀ ਬਲਜੀਤ ਕਾਂਜਲੀ ਜੀ ਅਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੇ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਮੋਢੇ ਦੇ ਨਾਲ ਮੋਢਾ ਲਾ ਕੇ ਜਿਹੜੇ ਪੱਤਰਕਾਰਾਂ 'ਤੇ ਜਿਹੜੀ ਸਰਕਾਰ ਦਬਾਅ ਬਣਾ ਰਹੀ ਅਤੇ ਚਰਚਾ ਕੀਤੀ ਗਈ ਨਿੰਦਾ ਕੀਤੀ ਗਈ ਮੈਂ ਇਹਨਾਂ ਦਾ ਧੰਨਵਾਦੀ ਹੈ ਜੈ ਹਿੰਦ ਸਤਿ ਸ਼੍ਰੀ ਅਕਾਲ